ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਾਂ ਨੇ ਕਰੀ ਹੈ ਹੁਣ ਆਫ ਸੀਜ਼ਨ ਤੇ ਸ਼ਾਪਿੰਗ ਗਰਮ ਕੱਪੜਿਆਂ ਦੀ। ਜਿਵੇਂ ਹੁਣ ਵੀ ਠੰਡ ਚੱਲ ਰਹੀ ਹੈ ਜੀ, ਇੱਕ ਮਹੀਨਾ ਇਹ ਪੈ ਜਾਣਗੇ ਤੇ ਫਿਰ ਅਗਲੀ ਸਰਦੀ ਕੰਮ ਆ ਜਾਣਗੇ ਜੀ। ਇਹ ਹੈਗੀ ਕਰੀਮ ਕਲਰ ਦੀ ਜੈਕਟ ਤੇ ਇਹਦਾ ਡਿਜ਼ਾਈਨ ਬਹੁਤ ਸੋਹਣਾ ਤੇ ਜੇਬਾਂ ਲੱਗੀਆਂ ਹੋਈਆਂ ਨੇ। ਜਿਵੇਂ ਆਪਾਂ ਕਿਤੇ ਜਾਣ ਵਿੱਚ ਪੈਸੇ ਵਗੈਰਾ ਪਾ ਲਓ, ਕੁਛ ਵੀ ਰੁਮਾਲ ਵਗੈਰਾ, ਤੇ ਇੰਨੀ ਇੰਨੀ ਕਿਹੇ ਬਾਂਹ ਲੱਗੀ ਹੋਈ ਹੈ ਜੀ ਇਹਦੀ। ਇਹਨਾਂ ਆਪਾਂ ਕਿਸੇ ਵੀ ਕਲਰ ਨਾਲ ਪਾ ਸਕਦੇ ਹਾਂ ਜੈਕਟ। ਇਹਦਾ ਕਲਰ ਗ੍ਰੇ ਹੈ ਜੀ ਤੇ ਅਲੱਗ ਤੋਂ ਡਿਜ਼ਾਈਨ ਹੈ ਇਹਦਾ। ਇਹ ਬਹੁਤ ਵਧੀਆ ਲੌਂਗ ਹੈ। ਤੇ ਨੇੜੇ ਤੋਂ ਵੀ ਥੋੜ੍ਹਾ ਜਿਹਾ ਡਿਜ਼ਾਈਨ ਦਿਖਾਉਂਦੇ ਆਪਾਂ ਤੁਹਾਨੂੰ। ਦੇਖੋ ਬਾਹਾਂ ਤੇ ਕਿੰਨਾ ਸੋਹਣਾ ਡਿਜ਼ਾਈਨ ਹੈ। ਇਹਦੇ ਨਾਲ ਦਾ ਪਜਾਮਾ ਹੈ ਜੀ। ਇਹ ਨਾ ਬਹੁਤ ਮੁਲਾਇਮ ਜਣੀ ਉੱਨ ਤੋਂ ਬਣੇ ਹੋਏ ਕੱਪੜੇ ਨੇ, ਉੱਨੀ ਕੱਪੜੇ ਕਹਿੰਦੇ ਹਾਂ ਜਿਨ੍ਹਾਂ ਨੂੰ ਆਪਾਂ। ਇਹ ਨਾਲੇ ਦਾ ਸਟਾਲ ਹੈ ਜੀ, ਆ ਦੇਖੋ ਸਟਾਲ ਤੇ ਗ੍ਰੇ ਦੇ ਨਾ ਸਟਾਲ ਤੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਕਰਿਆ ਹੋਇਆ। ਤੇ ਉਹ ਗਾਜੀ ਜੀ ਨਾਲ ਦਾ, ਇਹਦੇ ਨਾਲ ਦਾ ਜੀ ਆਹ ਇਹ ਵਾਲਾ ਸਟਾਲ ਆ। ਇਹ ਆਪਾਂ ਵੈਸੇ ਕਿਸੇ ਸੂਟ ਨਾਲ ਲੈ ਸਕਦੇ ਹਾਂ, ਬੇਬੀ ਪਿੰਕ ਜਾਂ ਕਲਰ ਹੈ। ਇਹ ਸ਼ਰਟ ਹੈ ਜਿਹਦਾ ਅਲੱਗ ਤੋਂ ਡਿਜ਼ਾਈਨ ਹੈ, ਇਹਦਾ ਕਲਰ ਆਹ ਹੈ। ਉਹਦਾ ਗਲਾ ਗੋਲ ਹੈ, ਇਹਦਾ ਐਵੇਂ ਹੈ ਜੀ, ਇਹ ਵਾਲਾ ਗਲਾ ਇਹਦਾ। ਆ ਦੇਖੋ ਇਹਦਾ ਡਿਜ਼ਾਈਨ ਆਪਾਂ ਨੇੜੇ ਤੋਂ ਦਿਖਾਉਂਦੇ ਹਾਂ। ਇਹ ਬਾਹਾਂ ਨੇ, ਇਹ ਪਜਾਮਾ ਹੈ ਜੀ। ਇਹ ਥੋੜ੍ਹਾ ਲੰਬਾ ਸੀਗਾ ਜੇ ਆਪਾਂ ਨੀਚੇ ਕੱਟ ਦਿੱਤਾ, ਡਿਜ਼ਾਈਨ ਕੱਟਦਾ ਤੇ ਫਿਰ ਆਪਾਂ ਇਹਨੂੰ ਐਵੇਂ ਮੋੜ ਲਾਂਗੇ ਉੱਪਰ ਤੋਂ ਹੀ। ਵੈਸੇ ਤਾਂ ਜੀ ਇਹ ਜਿਵੇਂ 1500-1500 ਦੇ ਲਾ ਲਓ, 1500-1500 ਦੇ ਨੇ, ਤੇ ਆਫ ਸੀਜ਼ਨ ਤੇ ਆਪਾਂ ਨੂੰ ਇਹ 1200-1200 ਦੇ ਮਿਲ ਗਏ। 2500 ਦੇ ਵਿੱਚ ਦੋ, 1250 ਦਾ ਇੱਕ, 1200-1250 ਦੇ ਵਿੱਚ। ਜੇ ਆਪਾਂ ਵੈਸੇ ਲੈਂਦੇ ਹਾਂ ਤਾਂ ਇਹ 3000 ਦੇ ਨੇ, ਇਹ 2500 ਚ ਦੋ ਸੂਟ। ਤੇ ਜਿਹੜੀ ਜੈਕਟ ਹੈ ਉਹ ਅਲੱਗ ਤੋਂ ਹੈ ਜੀ, ਉਹ ਆਪਾਂ ਦੋਵਾਂ ਨਾਲ ਕਿਸੇ ਵੀ ਕੱਪੜੇ ਨਾਲ ਪਾ ਸਕਦੇ ਹਾਂ। ਅਲੱਗ ਤੋਂ ਜੈਕਟ ਹੈ ਜਿਹੜੀ,
ठीक है, थोनू मेरी शॉपिंग है जी पसंद आई होनी। मैं उम्मीद करती हूँ कि थोनू पसंद आई होनी ये शॉपिंग, जिवें हुण आपां इस बार किन्नी ज़्यादा ठंड पई है ना, आपां एंड च इहनू पा के फिर रख सकते हैं, अगले साल फिर काम आ जाएंगे जी। तो सवेरे शाम ठंड वध जाती है। ठीक है जी, फिर सारे भैन भाइयों प्यार भरी सत श्री अकाल जी। आप अगली वीडियो फिर मिलते हैं, तो होर काम कार देखते हैं जी, काम कार करते हैं। लो जी, आप सारा कुछ का रेट दसता भी, जिवें आप 1250-1500-2500 के दो सूट आ गए। जैकेट है जी सिर्फ ये 600 रुपए की आ, जे आप ऊन लें तो आप 900 रुपए की मिलेगी, तो आप ऑफ सीजन करके 600 रुपए की मिली है जी। डिजाइन है जो बहुत सोहना है, तो जे आप मतलब ऊन लैके बनाने तो किन्ने की ऊन आऊगी, फिर आप बुनाई देवे इन्ने च तो पै ही जाती है जी। ठीक है, आप सारे दिलों ने तय इधर अपनी दाल बन रही है, इधर दाल में तड़का लाने आ, प्याज ते जीरा भुन लिया, हूँ टमाटर वगैरह पाने इस दले हुए छोले की दाल है जी, पीली दाल पहले खुली हो रही जी रहे हैं, हजे बनी नहीं हैगी, जब बन जूगी फिर आप तड़का पा देंगे। लो जी, अपनी दाल बिल्कुल तैयार है, तो प्रशादा तैयार कर लगते हैं जी। रोटी नाल दी नाल गरम गरम आपां फड़ा रहे हैं। धुप्प च समार के कपड़े सुक गए, हुण आपां तह ला के कपड़े रख दिंदे आ, जे ना तह ला ना फेरे ठंडे जे हो जांदे ने। ਸਾਲੇ ਅੱਡ ਧਰ ਦਾਂਗੇ ਇਸ ਵਾਰ ਤਾਂ ਠੰਡ ਜ਼ਿਆਦਾ ਪੈਣ ਕਰਕੇ ਨਾ ਕੱਪੜੇ ਨੇ ਜਿਹੜੇ ਸੁੱਕਣ 'ਚ ਨਹੀਂ ਸੀ ਆਉਂਦੇ, ਤਾਂ ਕਰਕੇ ਮੈਂ ਰੋਜ਼ ਨਹੀਂ ਸੀ ਧੋਂਦੀ, ਬਸ 2 ਦਿਨ ਛੱਡ ਕੇ ਧੋਂਦੇ ਸੀ ਜੀ ਆਪਾਂ ਇਕੱਠੇ ਕਰਕੇ, ਫਿਰ ਨਾਲੇ ਤਾਂ ਮਸ਼ੀਨ ਭਰ ਜੇ ਜਾਂਦੀ ਆ, ਨਾਲੇ ਬਸ ਚਲੋ ਹਵਾ ਹੁਵਾ 'ਚ ਸੁੱਕ ਕੇ ਜਾਂਦੇ ਸੀ, ਪਰ ਹੁਣ ਧੁੱਪ ਪੈਣ ਲੱਗ ਗਈ, ਹੁਣ ਆਪਣਾ ਸੁੱਕ ਗਏ ਜੀ। ਬਾਬਾ ਜੀ ਪਾਠ ਕਰਦੇ ਹੋਏ ਆਪਾਂ ਨੂੰ ਸੁਣ ਰਹੇ ਨੇ, ਜਮਾਂ ਹੀ ਬਿਲਕੁਲ ਸਾਫ਼, ਇੱਥੇ ਕੋਈ ਖੜਕਾ ਦੜਕਾ ਨਹੀਂ ਜੀ, ਰੌਲਾ ਰੱਪਾ ਨਹੀਂ, ਆਰਾਮ ਨਾਲ ਸੁਣਾਈ ਦੇ ਰਹੇ ਨੇ। ਜੀ ਆਹ ਵੀ ਉਵੇਂ ਉੱਨੀ ਜਿਹਾ ਹੈ ਸੂਟ, ਉੱਨ ਦਾ ਬਣਿਆ ਹੋਇਆ ਇਹ, ਅਤੇ ਇਹ ਵੀ ਬਹੁਤ ਜ਼ਿਆਦਾ ਨਿੱਘਾ ਹੈ, ਇਹ 'ਚ ਵੀ ਬਿਲਕੁਲ ਠੰਡ ਨਹੀਂ ਲੱਗਦੀ, ਜਿਵੇਂ ਦੇ ਆਪਾਂ ਨੂੰ ਸ਼ੋਪਿੰਗ ਦਿਖਾਈ ਹੈ ਤੁਹਾਨੂੰ ਉਹਦੇ ਨਾਲ ਤਾਂ ਹੀ ਆ ਵੀ, ਇਹ ਵੀ ਆਪਾਂ ਨੇ ਆਫ ਸੀਜ਼ਨ 'ਤੇ ਲਿਆ ਸੀ ਜੀ। ਇਹਦਾ ਵੈਸੇ ਡਿਜ਼ਾਇਨ ਡਿਜ਼ੂਨ ਬਣਿਆ ਹੋਇਆ, ਕਿਉਂਕਿ ਆਪਾਂ ਕੋਟੀ ਵਗੈਰਾ ਪਾ ਲੈਂਦੇ ਨਾ, ਫਿਰ ਜਿਹੜਾ ਡਿਜ਼ਾਇਨ ਹੈ ਇਹ ਲੁਕ ਜਾਂਦਾ ਹੈ। ਆਹ ਦੇਖੋ ਦੇਖੋ, ਇਹਦੇ ਗਲ ਦਾ ਡਿਜ਼ਾਇਨ ਹੈ, ਅਤੇ ਆਹ ਬੈਕ ਸਾਈਡ 'ਤੇ ਆ ਜਾਂਦਾ ਜੀ, ਜਿਵੇਂ ਬੈਕ ਸਾਈਡ 'ਤੇ ਡਿਜ਼ਾਇਨ ਹੈ ਨਾ ਬਣਿਆ ਹੋਇਆ ਆਹ,
ਐਵੇਂ ਇਹਦੇ ਆਹ ਪੱਲਿਆਂ 'ਤੇ ਬਣਿਆ ਹੋਇਆ ਡਿਜ਼ਾਈਨ ਆ ਦੇਖੋ, ਇਹ ਤਾਂ ਸਮਾਂ ਜੇਬ ਵੀ ਲੱਗੀ ਹੋਈ ਹੈ। ਉਹ ਆਪਣੇ ਡਿਜ਼ਾਈਨ 'ਚ ਨੇ ਜੀ, ਇਹ ਆਪਣੇ ਡਿਜ਼ਾਈਨ 'ਚ ਹੈ ਇਹ। ਚਲੋ ਆਪਾਂ ਜਿਵੇਂ ਹੁਣ ਠੰਡ ਜੀ ਪੈਣ ਲੱਗ ਗਈ ਨਾ, ਫਿਰ ਥੋੜ੍ਹੀ ਨਿੱਘ ਜੀ ਆ ਜਾਂਦੀ ਇਹ ਨਿੱਘੇ ਕੱਪੜਿਆਂ 'ਚ, ਉੱਨ ਦੇ ਕੱਪੜਿਆਂ 'ਚ। ਚਲੋ ਠੀਕ ਹੈ ਜੀ, ਆਪਾਂ ਨੇ ਨਾ ਸਾਰੇ ਕੱਪੜਿਆਂ ਦੀ ਬਸ ਤਹਿ ਲਾ ਦੇਣੀ ਹੈ, ਅਤੇ ਆਪਣਾ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਜੀ, ਚੱਲਦੇ ਹੀ ਰਹਿਣਗੇ। ਆਹ ਛੋਟੇ ਮੋਟੇ ਕੰਮ ਤਾਂ ਸਾਰਾ ਦਿਨ ਚੱਲੀ ਹੋ ਜਾਂਦੇ ਨੇ।